ਹੋਰ ਕੀਤਾ ਹੋਰ ਵੀ ਲਿਆ ਗੱਲ ਚੇਰੀ ਆ ਦੇਖੋ ਕਿਵੇਂ ਦੋ ਧਿਰਾਂ ਦੇ ਵਿੱਚ ਹੋਈ ਖੂਨੀ ਝੜਪ। ਤਾਂ ਦੱਸ ਦਈਏ ਕਿ ਮੇਲੇ ਦੇ ਵਿੱਚ ਦੋ ਧਿਰਾਂ ਦੇ ਵਿੱਚ ਤਕਰਾਰ ਹੋ ਜਾਂਦੀ ਹੈ, ਜਿਸ ਤੋਂ ਬਾਅਦ ਇਹਨਾਂ ਦੇ ਵੱਲੋਂ ਘਰ ਦੇ ਵਿੱਚ ਵੜ ਕੇ ਹਮਲਾ ਕੀਤਾ ਜਾਂਦਾ। ਤਾਂ ਤੇਜ਼ਧਾਰ ਹਥਿਆਰਾਂ ਦੇ ਨਾਲ ਇਹਨਾਂ ਦੇ ਵੱਲੋਂ ਇੱਟਾਂ ਰੋੜੇ ਚਲਾ ਦਿੱਤੇ ਜਾਂਦੇ ਨੇ। ਤਾਂ ਮੌਕੇ ਦੀਆਂ ਇਹ ਤਸਵੀਰਾਂ ਨੇ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹਨਾਂ ਦੋ ਧਿਰਾਂ ਦੇ ਵਿੱਚ ਇਹ ਵੱਡੀ ਝੜਪ ਹੋਈ ਹੈ। ਤਾਂ ਪੂਰੇ ਪਿੰਡ ਦੀਆਂ ਗਲੀਆਂ ਇੱਟਾਂ ਰੋੜਿਆਂ ਦੇ ਨਾਲ ਭਰ ਜਾਂਦੀਆਂ ਨੇ। ਤਾਂ ਦੱਸ ਦਈਏ ਕਿ ਪੂਰਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ, ਜਿੱਥੇ ਮੌਕੇ 'ਤੇ ਪੁਲਿਸ ਨੇ ਪਹੁੰਚ ਕੇ ਮਾਮਲਾ ਦਰਜ ਕਰ ਲਿਆ ਹੈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਤਾਂ ਦੱਸ ਦਈਏ ਕਿ ਮੇਲੇ ਦੇ ਵਿੱਚ ਦੋ ਧਿਰਾਂ ਦੇ ਵਿੱਚ ਤਕਰਾਰ ਹੋਈ ਸੀ, ਜਿਸ ਤੋਂ ਬਾਅਦ ਮਾਮਲਾ ਇੰਨਾ ਵੱਧ ਗਿਆ ਕਿ ਇਹਨਾਂ ਦੇ ਵੱਲੋਂ ਇੱਕ ਦੂਸਰੇ ਦੇ ਘਰ ਦੇ ਵਿੱਚ ਵੜ ਕੇ ਹਮਲੇ ਕੀਤੇ ਗਏ ਨੇ। ਤਾਂ ਮੌਕੇ ਦੀਆਂ ਤਸਵੀਰਾਂ ਨੇ ਜਿੱਥੇ ਲੋਕ ਵੀ ਲੰਘ ਰਹੇ ਸੀ ਗੱਡੀਆਂ ਲੈ ਕੇ ਅਤੇ ਆਪਣੀਆਂ ਗੱਡੀਆਂ ਖੜਾ ਲੈਂਦੇ ਨੇ। ਤਾਂ ਦੋਨਾਂ ਧਿਰਾਂ ਦੇ ਕਈ ਲੋਕ ਸੀ ਜਿਹੜੇ ਇੱਕ ਦੂਸਰੇ 'ਤੇ ਹਮਲਾ ਕਰਦੇ ਹੋਏ ਨਜ਼ਰ ਵੀ ਆ ਰਹੇ ਆ। ਤਾਂ ਇੱਟਾਂ ਰੋੜੇ ਇਹਨਾਂ ਦੇ ਵੱਲੋਂ ਇੱਕ ਦੂਸਰੇ 'ਤੇ ਚਲਾਏ ਗਏ ਸੀ। ਤਾਂ ਜਿਵੇਂ ਹੀ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਮਿਲਦੀ ਹੈ ਤਾਂ ਪੁਲਿਸ ਦੇ ਵੱਲੋਂ ਮੌਕੇ 'ਤੇ ਪਹੁੰਚ ਕੀਤੀ ਗਈ ਹੈ ਅਤੇ ਮਾਮਲਾ ਦਰਜ ਕਰ ਲਿਆ ਹੈ। ਤਾਂ ਦੱਸ ਦਈਏ ਕਿ ਇਸ ਸੰਬੰਧੀ ਇਹ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਨੇ, ਜਿਸ ਦੇ ਵਿੱਚ ਪੁਲਿਸ ਦੇ ਵੱਲੋਂ ਇਹਨਾਂ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ। ਇਹ ਕੱਲ੍ਹ ਮੇਲਾ ਸੀ ਜੀ ਇਸ ਪਿੰਡ ਦੇ ਵਿੱਚ, ਮੇਲੇ ਦੇ ਵਿੱਚ ਮੇਲਾ ਖਤਮ ਹੋਣ ਤੋਂ ਬਾਅਦ ਇਹਨਾਂ ਕੋਈ ਤਕਰਾਰ ਹੋਇਆ ਦੋ ਧਿਰਾਂ ਦਾ। ਉਸ ਤਕਰਾਰ ਤੋਂ ਗੱਲ ਵੱਧਦੀ ਵੱਧਦੀ ਇਹਨਾਂ ਦੀ ਆਪਸ 'ਚ ਹਰੀਜਨ ਫੈਮਿਲੀਆਂ ਦੋਵੇਂ ਇਹਨਾਂ ਦੀ ਵੱਧ ਗਈ ਗੱਲ। ਉਸ ਤੋਂ ਬਾਅਦ ਇਹਨਾਂ ਨੇ ਇੱਕ ਦੂਜੇ ਦੇ ਘਰ ਇੱਟਾਂ ਰੋੜੇ ਚਲਾਏ ਆ, ਠੀਕ ਆ ਜੀ, ਅਤੇ ਅਸੀਂ ਮੌਕਾ ਵੇਖ ਲਿਆ ਵਾ। ਜਿਹੜੀ ਨਵੇਂ ਕਾਨੂੰਨ ਦੇ ਮੁਤਾਬਕ ਅਸੀਂ ਵੀਡੀਓਗ੍ਰਾਫੀ ਕਰ ਲਈ ਹੈ, ਵੀਡੀਓਗ੍ਰਾਫੀ ਕਰਕੇ ਦੋ ਧਿਰਾਂ ਦੇ ਬਿਆਨ ਲੈ ਕੇ ਅਤੇ ਅਸੀਂ ਮੁਕੱਦਮਾ ਦਰਜ ਕਰਨ ਲੱਗੇ ਹਾਂ। ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ, ਜਿਹੜਾ ਇਸ ਪਿੰਡ ਦੇ ਵਿੱਚ ਮਿਸਾਲ ਪੈਦਾ ਕਰੂਗੀ ਕਿ ਗਾਂਹ ਕੋ ਲੜਾਈ ਝਗੜੇ ਦਾ ਨਾਮ ਵੀ ਨਾ ਲਵੇ। ਇਹ 307 ਤੱਕ ਵੀ ਜੇ ਲਾਉਣੀ ਪਈ ਤਾਂ ਅਸੀਂ ਲਾ ਕੇ ਅਤੇ ਇਹਨਾਂ ਦੇ ਦੋ ਧਿਰਾਂ ਦੇ ਖਿਲਾਫ਼ ਪਰਚੇ ਦਰਜ ਕਰਨ ਲੱਗੇ ਹਾਂ। ਬਾਕੀ ਜਿਹੜਾ ਨੁਕਸਾਨ ਹੋਇਆ ਉਹਦਾ ਵੀ ਅਸੀਂ ਵੇਰਵਾ ਦੋ ਘਰਾਂ ਦਾ ਦੇਵਾਂਗੇ ਉਹਦੇ ਵਿੱਚ FIR ਦੇ ਵਿੱਚ। ਅਤੇ ਮੇਰੀ ਦੋ ਧਿਰਾਂ ਨੂੰ ਇੱਕੋ ਹੀ ਅਪੀਲ ਆ ਵੀ ਜੋ ਛੋਟੀ ਮੋਟੀ ਗੱਲ ਤੋਂ ਲੜਾਈ ਹੋਈ ਆ ਉਹਨੂੰ ਹੁਣ ਪਾਸੇ ਰੱਖ ਕੇ ਅਤੇ ਸ਼ਾਂਤੀ ਬਣਾ ਕੇ ਰੱਖਣ। ਬਿਲਕੁਲ ਕੋਈ ਵੀ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਾ ਲਵੇ। ਜਿੰਨੇ ਵੀ ਕਾਨੂੰਨ ਨੂੰ ਹੱਥ ਵਿੱਚ ਲੈਣ ਦੀ ਕੋਸ਼ਿਸ਼ ਕੀਤੀ, ਭਾਵੇਂ ਉਹ ਬਜ਼ੁਰਗ ਹੋਵੇ, ਭਾਵੇਂ ਉਹ ਔਰਤ ਹੋਵੇ, ਭਾਵੇਂ ਉਹ ਕੋਈ ਹੋਰ ਹੋਵੇ, ਉਹਦੇ ਖਿਲਾਫ਼ ਕਾਨੂੰਨ ਦੇ ਮੁਤਾਬਕ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਊ। ਪੁਰਾਣੀ ਰੰਜਿਸ਼ ਚੱਲਦੀ ਹੈ ਕੋਈ ਜੀ? ਮੈਨੂੰ ਇਹਦੇ ਬਾਰੇ ਨਹੀਂ ਅਜੇ ਪਤਾ ਪੁਰਾਣੀ ਰੰਜਿਸ਼ ਚੱਲਦੀ ਆ ਜਾਂ ਕੀ ਹੈ, ਬਟ ਅੱਜ ਜੋ ਹਾਲਾਤ ਆ ਉਹਦੇ ਮੁਤਾਬਕ ਮੈਂ ਮੌਕੇ 'ਤੇ ਆਇਆ ਵਾਂ ਅਤੇ ਹੁਣੇ ਹੀ ਅਸੀਂ ਇਹਨਾਂ ਦੇ ਬੰਦੇ ਰਾਊਂਡ ਅਪ ਕਰਕੇ ਲੈ ਚੱਲੇ ਹਾਂ, ਹੁਣੇ ਹੀ ਅਸੀਂ ਸਾਰੀ ਕਾਰਵਾਈ ਕਰਨ ਲੱਗੇ। ਇਹਦੇ ਵਿੱਚ ਪਿੰਡ ਵਾਲੇ ਝਗੜੇ ਆਪਸ ਵਿੱਚ ਜਾਂ ਕੋਈ ਬਾਹਰੋਂ ਵੀ ਲੋਕ ਆਏ ਸੀ ਜੀ? ਇਹ ਹੁਣ ਇਨਵੈਸਟੀਗੇਸ਼ਨ ਤੋਂ ਪਤਾ ਲੱਗੂਗਾ ਕਿ ਬਾਹਰੋਂ ਕੌਣ ਆਇਆ ਅਤੇ ਪਿੰਡ ਦੇ ਕੌਣ ਸੀ। ਜੇ ਆਇਆ ਹੋਊਗਾ, ਜਿਹੜਾ ਵੀ ਆਇਆ ਹੋਊਗਾ, ਸ਼ਾਮਿਲ ਹੋਇਆ ਹੋਊਗਾ ਇਸ ਲੜਾਈ ਦੇ ਵਿੱਚ, ਉਹਦੇ 'ਤੇ ਕਾਰਵਾਈ ਹੋਵੇਗੀ ਹੋਵੇਗੀ, ਭਾਵੇਂ ਉਹ ਕਿਤੋਂ ਦਾ ਵੀ ਕਿਉਂ ਨਾ ਹੋਵੇ। ਕਿੰਨੀਆਂ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਜੀ? ਗ੍ਰਿਫਤਾਰੀਆਂ ਕਰਾਂਗੇ ਹੁਣ ਅਸੀਂ FIR ਲੌਂਚ ਕਰਕੇ। ਅਸੀਂ ਜਿਹੜੇ ਲੋੜੀਂਦੇ ਬੰਦੇ ਆ ਜਿਹੜੇ ਲਿਖਾਉਣਗੇ ਬਿਆਨਾਂ 'ਚ ਉਹ ਸਾਰੇ ਗ੍ਰਿਫਤਾਰ ਕਰ ਲੈਣੇ। ਅਸੀਂ ਮੁਕਦਮਾ ਦਰਜ ਕਰਨ ਤੋਂ ਬਾਅਦ ਇੱਕ ਹਫ਼ਤੇ ਦੇ ਵਿੱਚ ਸਾਰੇ ਬੰਦੇ ਅਰੈਸਟ ਕਰਾਂਗੇ। ਕੁਝ ਘੰਟੇ ਸਰ ਰੋਡ ਬੰਦ ਰਿਹਾ ਜੀ, ਜਾਣ ਵਾਲਾ ਲੋਕਾਂ ਨੂੰ ਮੁਸ਼ਕਲਾਂ ਬੜੀਆਂ ਆਈਆਂ ਜੀ। ਉਹ ਬਾਹਰ ਜਦੋਂ ਸਾਡੇ ਮੁਲਾਜ਼ਮ ਆਏ ਸੀ ਅਸੀਂ ਮੌਕੇ 'ਤੇ, ਉਦੋਂ ਸਾਡੇ ਕੋਲ ਸ਼ਿਕਾਇਤਾਂ ਕਰਨ ਵਾਸਤੇ ਦੋਵੇਂ ਧਿਰਾਂ ਜਿਹੜੀਆਂ ਵਾ ਉਹ ਬਾਹਰ ਰੋਡ 'ਤੇ ਆਈਆਂ ਸੀਗੀਆਂ 2-4 ਮਿੰਟ ਲਈ। ਬਾਕੀ ਫਿਰ ਜਦੋਂ ਸਾਡੇ ਨਾਲ ਹੀ ਮੁੜ ਕੇ ਮੌਕਾ ਵੇਖਣ ਲਈ ਘਰਾਂ 'ਚ ਆ ਗਏ।